ਅੱਜ ਦਾ ਸਾਡਾ ਪੰਜਾਬੀ ਦਾ ਇਹ ਟੌਪਿਕ ਹੈ ਯੋਜਕ। ਆਈ ਥਿੰਕ ਇਸ ਨਾਲ ਰਿਲੇਟਡ ਇੱਕ ਕੁਐਸਚਨ ਆਇਆ ਸੀਗਾ ਲਾਸਟ ਈਅਰ ਪੀਟੈਟ ਦੇ ਵਿੱਚ, ਕਿ ਸਾਨੂੰ ਇੱਕ ਕੁਐਸਚਨ ਦਿੱਤਾ ਹੋਇਆ ਸੀ ਕਿ ਇਹਦੇ ਵਿੱਚ ਯੋਜਕ ਚੁਣੋ, ਔਰ ਚਾਰ ਆਪਸ਼ਨ ਦਿੱਤੇ ਹੋਏ ਸੀਗੇ ਜਿਵੇਂ ਘਰੋਂ ਘਰੋਂ ਕੰਮ, ਇਸ ਤਰ੍ਹਾਂ ਕਰਕੇ ਨਾ ਚਾਰ ਆਪਸ਼ਨ ਦਿੱਤੇ ਹੋਏ ਸੀਗੇ, ਪਰ ਅਸੀਂ ਯੋਜਕ ਚੁਣਨਾ ਸੀ। ਔਰ ਇੱਕ ਪੇਪਰ ਮੈਂ ਵੀ ਦਿੱਤਾ ਸੀ ਔਰ ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਯੋਜਕ ਹੁੰਦੇ ਕੀ ਹੈ, ਕਿਉਂਕਿ ਮੈਨੂੰ ਖੁਦ ਮੈਂ ਪੜ੍ਹ ਕੇ ਨਹੀਂ ਗਈ ਸੀ ਗ੍ਰੈਮਰ। ਸੋ ਅੱਜ ਆਪਾਂ ਇਹ ਕੁਐਸਚਨ ਡਿਸਕਸ ਕਰਾਂਗੇ, ਉਹ ਸ਼ਬਦ ਜੋ ਦੋ ਸ਼ਬਦਾਂ ਵਾਕੰਸ਼ਾਂ ਉਪਵਾਕਾਂ ਵਾਕਾਂ ਨੂੰ ਜੋੜਦੇ ਹਨ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਯੋਜਕ, ਜਿਵੇਂ ਅਤੇ, ਕੀ, ਕਿਉਂਕਿ, ਸਗੋਂ, ਪਰ। ਜਿਵੇਂ ਦੇਖੋ ਅਸੀਂ ਅਤੇ ਦੇ ਹਿਸਾਬ ਨਾਲ ਅਸੀਂ ਵਾਕ ਸੋਚਦੇ ਹਾਂ ਕਿ ਜਿਵੇਂ ਮੈਂ ਅਤੇ ਮੇਰਾ ਭਰਾ ਅਸੀਂ ਦੋਵੇਂ ਬਾਜ਼ਾਰ ਗਏ। ਦੇਖੋ ਮੈਂ ਅਤੇ ਮੇਰਾ ਭਰਾ ਦੋ ਜਿਹੜੇ ਹੈ ਸ਼ਬਦ ਨੇ ਇਹਨਾਂ ਨੂੰ ਅਤੇ ਜੋੜ ਰਿਹਾ ਹੈ। ਜਿਵੇਂ ਬੇਨਤੀ ਹੈ ਕਿ ਮੈਂ ਇਸ ਸਕੂਲ ਦਾ ਵਿਦਿਆਰਥੀ ਹਾਂ, ਦੇਖੋ ਪਹਿਲਾਂ ਮੈਂ ਉਹਨੂੰ ਕਹਿ ਰਹੀ ਹਾਂ ਬੇਨਤੀ ਹੈ, ਉਸ ਤੋਂ ਬਾਅਦ ਦੱਸ ਰਹੀ ਹਾਂ ਕਿ ਮੈਂ ਸਕੂਲ ਦਾ ਵਿਦਿਆਰਥੀ ਹਾਂ, ਤਾਂ ਲੱਗਿਆ ਹੈ ਇੱਥੇ ਕਿ। ਕਿਉਂਕਿ ਦੇਖੋ ਮੈਂ ਕੱਲ੍ਹ ਸਕੂਲ ਨਹੀਂ ਆ ਸਕਦਾ ਕਿਉਂਕਿ ਮੈਂ ਬਹੁਤ ਬਿਮਾਰ ਹਾਂ। ਇਹ ਦੋ ਦੇਖੋ ਵਾਕਾਂ ਨੂੰ ਕਿਉਂਕਿ ਸ਼ਬਦ ਹੈ ਜਿਹੜਾ ਜੋੜ ਰਿਹਾ ਹੈ। ਇਸ ਤਰ੍ਹਾਂ ਹੀ ਸਗੋਂ ਪਰ, ਇਹ ਜਿਹੜੇ ਸ਼ਬਦ ਨੇ ਦੋ ਵਾਕਾਂ ਸ਼ਬਦਾਂ ਉਪਵਾਕਾਂ ਨੂੰ ਜੋੜਦੇ ਨੇ, ਜੋ ਸ਼ਬਦ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਯੋਜਕ। ਅੱਗੇ ਯੋਜਕ ਦੀਆਂ ਦੋ ਟਾਈਪਸ ਨੇ, ਪਹਿਲਾ ਹੈ ਕਾਰਜ ਦੇ ਆਧਾਰ 'ਤੇ ਯੋਜਕ ਔਰ ਦੂਜਾ ਹੈ ਸਾਡੇ ਕੋਲ ਬਣਤਰ ਦੇ ਆਧਾਰ 'ਤੇ ਯੋਜਕ। ਆਪਾਂ ਸਮਝਦੇ ਹਾਂ, ਥੋੜ੍ਹਾ ਜਿਹਾ ਧਿਆਨ ਦੇਣ ਵਾਲੀ ਗੱਲ ਹੈ, ਇੱਕ ਵਾਰ ਤੁਸੀਂ ਧਿਆਨ ਨਾਲ ਸਮਝੋਗੇ ਤਾਂ ਤੁਹਾਨੂੰ ਸਮਝ ਆਉਣਗੇ, ਬਾਰ ਬਾਰ ਇਸ ਟੋਪਿਕ ਨੂੰ ਦੇਖਣ ਜਾਂ ਪੜ੍ਹਨ ਦੀ ਕੋਈ ਤੁਹਾਨੂੰ ਜ਼ਰੂਰਤ ਨਹੀਂ ਪੈਣੀ। ਜੇ ਅਸੀਂ ਕਾਰਜ ਦੇ ਆਧਾਰ 'ਤੇ ਦੇਖੀਏ ਤਾਂ ਇਹ ਦੋ ਤਰ੍ਹਾਂ ਦੇ ਹੁੰਦੇ ਹਨ, ਸਮਾਨ ਯੋਜਕ ਅਤੇ ਅਧੀਨ ਯੋਜਕ। ਸਮਾਨ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਦੋ ਬਰਾਬਰ ਦੀਆਂ ਚੀਜ਼ਾਂ ਜਾਂ ਦੋ ਸਮਾਨ ਚੀਜ਼ਾਂ ਸ਼ਬਦ। ਦੇਖੋ ਜੋ ਯੋਜਕ ਸਮਾਨ ਜਾਂ ਬਰਾਬਰ ਦੇ ਸ਼ਬਦ ਵਾਕਾਂ ਨੂੰ ਜੋੜੇ ਉਹ ਹੁੰਦੇ ਨੇ ਸਮਾਨ ਯੋਜਕ। ਜਿਵੇਂ ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ੍ਹ ਰਹੀਆਂ ਹਨ, ਸਮਾਨ ਵਾਕ ਹੈ ਨਾ ਦੋ, ਜਾਂ ਦੋ ਸ਼ਬਦਾਂ ਮੈਂ ਅਤੇ ਮੇਰਾ ਭਰਾ, ਇਸ ਤਰ੍ਹਾਂ ਕਹਿ ਸਕਦੇ ਹਾਂ। ਇਸ ਤਰ੍ਹਾਂ ਦੋ ਸਮਾਨ ਸ਼ਬਦਾਂ ਜਾਂ ਵਾਕਾਂ ਨੂੰ ਜਿਹੜੇ ਸ਼ਬਦ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਹਾਂ ਅਸੀਂ ਸਮਾਨ ਯੋਜਕ। ਇਹਦੇ ਵਿੱਚ ਅਤੇ ਜਿਹੜਾ ਹੈਗਾ ਸਮਾਨ ਯੋਜਕ ਹੈ। ਅਧੀਨ ਯੋਜਕ, ਅਧੀਨ ਤੋਂ ਪਤਾ ਲੱਗ ਗਿਆ ਕਿਸੇ ਦੇ ਅੰਡਰ, ਜਦੋਂ ਇੱਕ ਵਾਕ ਦੂਸਰੇ ਵਾਕ ਦੇ ਅੰਡਰ ਆਉਂਦਾ ਹੈ ਤਾਂ ਉਹ ਹੋ ਜਾਂਦਾ ਹੈ ਅਧੀਨ ਯੋਜਕ। ਅਧੀਨ ਯੋਜਕ ਵਿੱਚ ਮਿਸ਼ਰਤ ਵਾਕਾਂ ਦੀ ਸਿਰਜਣਾ ਹੁੰਦੀ ਹੈ, ਇੱਕ ਵਾਕ ਪੂਰੀ ਤਰ੍ਹਾਂ ਦੂਜੇ 'ਤੇ ਨਿਰਭਰ ਹੁੰਦਾ ਹੈ। ਦੇਖੋ ਜਿਵੇਂ ਅਸੀਂ ਸੈਂਟੈਂਸ ਪੜ੍ਹਦੇ ਹਾਂ, ਜੇ ਅਸੀਂ ਆਪਣੇ ਵਰਤਮਾਨ ਦਾ ਪੂਰੀ ਤਰ੍ਹਾਂ ਆਨੰਦ ਲੈਂਦੇ ਹਾਂ ਤਾਂ ਅਸੀਂ ਆਪਣੇ ਭਵਿੱਖ ਦੇ ਬੀਜ ਵੀ ਬੀਜ ਰਹੇ ਹਾਂ, ਠੀਕ ਹੈ। ਤਾਂ ਦੇਖੋ ਵੀ ਜੋ ਦੂਸਰਾ ਸੈਂਟੈਂਸ ਹੈ ਉਹ ਪੂਰੀ ਤਰ੍ਹਾਂ ਪਹਿਲੇ 'ਤੇ ਡਿਪੈਂਡ ਹੈ, ਤਾਂ ਇਸ ਲਈ ਹੀ ਅਸੀਂ ਇਹਨਾਂ ਯੋਜਕਾਂ ਨੂੰ ਕਹਿੰਦੇ ਹਾਂ ਅਧੀਨ ਯੋਜਕ, ਕਿ ਜੋ ਜਿਹੜੇ ਦੋ ਵਾਕ ਹੈ ਉਹ ਦੋਨੇ ਇੱਕ ਦੂਜੇ ਉੱਪਰ ਹੀ ਡਿਪੈਂਡ ਨੇ, ਅਧੀਨ ਨੇ, ਇੱਕ ਵਾਕ ਦੂਜੇ ਦੇ ਅਧੀਨ ਹੈ। ਅਗਲਾ ਹੈ ਸਾਡੇ ਕੋਲ, ਇਹ ਪਹਿਲਾ ਸੀ ਕਾਰਜ ਦੇ ਆਧਾਰ 'ਤੇ, ਉਹਦੀਆਂ ਅੱਗੇ ਦੋ ਟਾਈਪਸ ਸੀ। ਸੈਕਿੰਡ ਪਾਰਟ ਹੈ ਸਾਡੇ ਕੋਲ ਬਣਤਰ ਦੇ ਆਧਾਰ 'ਤੇ, ਇਹਦੀਆਂ ਅੱਗੇ ਤਿੰਨ ਟਾਈਪਸ ਨੇ। ਇਕਹਿਰੇ ਯੋਜਕ, ਇਕਹਿਰੇ ਮਤਲਬ ਜੋ ਇੱਕ ਸ਼ਬਦ ਤੋਂ ਬਣੇ ਹੋਣ, ਜਿਵੇਂ ਤੇ, ਪਰ, ਅਤੇ, ਕੀ, ਤਾਂ, ਜਾਂ, ਭਾਵੇਂ, ਇਹ ਇੱਕ ਹੀ ਸ਼ਬਦ ਹੈ। ਜਿਵੇਂ ਦੇਖੋ ਪਰ, ਜੇ ਪਰ ਨੂੰ ਅਲੱਗ ਕਰੀਏ ਪ ਔਰ, ਇਹ ਕੋਈ ਸਿੰਗਲ ਸਿੰਗਲ ਯੋਜਕ ਨਹੀਂ ਹੈ, ਇਹ ਖੁਦ ਹੀ ਸਿੰਗਲ ਹੈ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਸੰਯੁਕਤ, ਸੰਯੁਕਤ ਯੋਜਕ ਉਹ ਨੇ ਜਿਹੜੇ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਬਣੇ ਹੋਣ, ਜਿਵੇਂ ਇਸ ਲਈ, ਦੇਖੋ ਇਸ ਅਲੱਗ ਸ਼ਬਦ ਹੈ, ਲਈ ਅਲੱਗ ਸ਼ਬਦ ਹੈ, ਅਗਰ ਦੋਨਾਂ ਨੂੰ ਅਸੀਂ ਜੋੜ ਦਈਏ ਤਾਂ ਬਣ ਗਿਆ ਇਸ ਲਈ। ਉਸੇ ਤਰ੍ਹਾਂ ਹੀ ਹੈ ਇਸ ਕਰਕੇ, ਇਸ ਅਲੱਗ ਸ਼ਬਦ ਹੈ ਔਰ ਕਰਕੇ ਅਲੱਗ ਸ਼ਬਦ ਹੈ, ਦੋਨੋਂ ਅਲੱਗ ਸ਼ਬਦ ਹੈ, ਦੋ ਸ਼ਬਦਾਂ ਨੂੰ ਜੋੜ ਕੇ ਅਸੀਂ ਇੱਕ ਯੋਜਕ ਬਣਾਇਆ ਹੈ ਇਸ ਕਰਕੇ। ਸੇਮ ਐਸ ਤਾਂ ਕਿ, ਤਾਂ ਜੋ, ਕਿਉਂਕਿ, ਕਿਉਂਕਿ ਦੇ ਵਿੱਚ ਕਿਉਂ ਔਰ ਕੀ,
ਦੋ ਅਲੱਗ ਅਲੱਗ ਹੈ, ਦੋਨਾਂ ਜੋੜ ਕੇ ਅਸੀਂ ਇੱਕ ਯੋਜਕ ਬਣਾਇਆ ਹੈ। ਇਸ ਤਰ੍ਹਾਂ ਦੇ ਯੋਜਕ ਨੂੰ ਕਹਿੰਦੇ ਹਾਂ ਅਸੀਂ ਸੰਯੁਕਤ ਯੋਜਕ। ਲਾਸਟ ਹੈ ਸਾਡੇ ਕੋਲ ਸਹਿ ਸੰਬੰਧਕੀ ਜਾਂ ਟੁੱਟਵੇਂ ਯੋਜਕ, ਇਹ ਇੱਕੋ ਹੀ ਹੈ। ਫਿਰ ਵੀ ਸਹਿ ਸੰਬੰਧੀ ਮਤਲਬ ਜਿਹੜੇ ਇੱਕ ਦੂਜੇ ਨਾਲ ਸੰਬੰਧ ਰੱਖਦੇ ਹੋਣ। ਫਿਰ ਵੀ ਦੇਖੋ, ਕੋਈ ਸੈਂਟੈਂਸ ਬਣਾ ਲਈਏ, ਮੈਂ ਉਸਨੇ ਮੇਰੇ ਨਾਲ ਧੋਖਾ ਕੀਤਾ, ਫਿਰ ਵੀ ਮੈਂ ਉਸ ਨਾਲ ਬਾਜ਼ਾਰ ਗਿਆ, ਜਾਂ ਮੈਂ ਉਸ ਨਾਲ ਦੋਸਤੀ ਨਿਭਾਈ। ਇਸ ਤਰ੍ਹਾਂ ਦੇ ਯੋਜਕਾਂ ਨੂੰ ਅਸੀਂ ਕਹਿੰਦੇ ਹਾਂ ਸਹਿ ਸੰਬੰਧਕੀ ਜਾਂ ਟੁੱਟਵੇਂ ਯੋਜਕ। ਇਹ ਸੀ ਸਾਡਾ ਬਰੀਫ ਜਿਹਾ ਯੋਜਕ ਦਾ ਟੋਪਿਕ। ਆਈ ਹੋਪ ਇਸ ਤੋਂ ਕਲੀਅਰ ਹੋ ਗਿਆ ਹੋਊਗਾ। ਇਸ ਤੋਂ ਬਾਅਦ ਕੁਛ ਵੀ ਨਹੀਂ ਹੈ ਇਸ ਨਾਲ ਰਿਲੇਟਡ, ਅਤੇ ਅਗਲਾ ਟੋਪਿਕ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।